2003 ਮਾਡਲ 125 ਕਾਲੇ ਰੰਗ ਦਾ ਅੱਛੀ ਕੰਡੀਸ਼ਨ ਦਾ ਕਿਤਨੇ ਦਾ ਮਿਲ ਜਾਏਗਾ? ਗੁੱਜਰ ਸਾਹਿਬ, 2003 ਤੇ 2024 ਸਾਬ ਲਾਓ ਕਿਤਨੇ ਸਾਲ ਗੁਜ਼ਰ ਗਏ। ਅੱਛੀ ਕੰਡੀਸ਼ਨ ਵਿੱਚ ਕਿਤੇ ਕੋਈ ਖਲੋਤਿਆ ਹੋਵੇਗਾ, ਫਿਰ ਤੁਹਾਡੀ ਫਰਮਾਇਸ਼ ਹੈ ਕਿ ਕਾਲੇ ਰੰਗ ਦਾ ਹੋਣਾ ਚਾਹੀਦਾ। 21 ਸਾਲ ਗੁਜ਼ਰ ਗਏ, 21 ਸਾਲ ਵਿੱਚ ਕਿਹੜਾ ਮੋਟਰਸਾਈਕਲ ਮੇਰੀ ਜਾਨ ਦੇ ਟੋਟੇ ਅੱਛੀ ਕੰਡੀਸ਼ਨ 'ਚ ਹੋਏਗਾ? 99% ਚਾਂਸ ਹਨ ਕਿ ਉਹਦੀ 99% ਚੀਜ਼ਾਂ ਚੇਂਜ ਹੋਈਆਂ ਸਰ। ਫਿਰ ਜਿਹਨੇ ਰੱਖਿਆ ਹੋਇਆ ਉਹਦੀਆਂ ਹਾਲਾਤ ਕੇ ਤਾਂ ਕਿਸ ਤਰ੍ਹਾਂ ਦੇ? ਉਹਨੇ ਜੈਨੂਇਨ ਚੀਜ਼ਾਂ ਪਵਾਈਆਂ, 2 ਨੰਬਰ ਪਵਾਈਆਂ, ਮਾਰਕੀਟ 'ਚ ਲੈ ਕੇ ਕਿਹੜੀਆਂ ਪਵਾਈਆਂ? ਇਤਨਾ ਡੋਨ ਮਾਡਲ ਸਾਡੇ ਕੋਲ ਕੋਈ ਨਹੀਂ ਹੁੰਦਾ, ਅਸੀਂ ਲੈਂਦੇ ਵੀ ਨਹੀਂ ਹੈਗੇ, ਕਿਉਂਕਿ ਇਤਮਾਦ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਵਾ ਕਿ ਇਤਨਾ ਪੁਰਾਣਾ ਮੋਟਰਸਾਈਕਲ ਹੈ ਉਹਦੇ 'ਚ ਹਰ ਚੀਜ਼ ਜੈਨੂਇਨ ਹੋਵੇਗੀ ਜਾਂ ਨਹੀਂ ਹੋਵੇਗੀ। ਮੈਂ ਤਾਂ ਇਤਮਾਦ ਕਰ ਲਵਾਂਗਾ, ਲੈ ਲਵਾਂਗਾ ਕਿਸੇ ਕੋਲੋਂ, ਅੱਗੇ ਵੇਚਾਂਗਾ, ਸ਼ਾਇਦ ਮੇਰੇ ਚੈੱਕ ਕਰਨ 'ਚ ਕੋਈ ਫਰਕ ਆ ਗਿਆ, ਮੈਂ ਚੈੱਕ ਪ੍ਰੋਪਰ ਤਰੀਕੇ ਨਾਲ ਨਾ ਕਰ ਸਕਿਆ, ਅਗਲੇ ਬੰਦੇ ਕੋਲ ਚੀਜ਼ ਤੁਰ ਗਈ ਹੈ, ਉਹਦੇ ਵਿੱਚ ਕੋਈ ਚੀਜ਼ ਜੈਨੂਇਨ ਨਹੀਂ ਲੱਗੀ, ਸਾਰੀ ਜ਼ਿੰਦਗੀ ਅਗਲਾ ਮੈਨੂੰ ਬਦਵਾਵਾ ਦਿੰਦਾ ਰਿਹਾ ਸੀ। ਮੈਂ 2-4 ਹਜ਼ਾਰ ਆਪਣੇ ਲੈਣ ਦੇ ਚੱਕਰ 'ਚ ਅਗਲੇ ਦੀ ਕਵਰ ਕੱਢ ਛੱਡਾਂ ਤਾਂ ਕੋਈ ਚੰਗੀ ਗੱਲ ਤਾਂ ਨਹੀਂ? ਉਹ ਅਗਲੇ ਨੂੰ ਆਪਣੇ ਕਿਲੋ ਗੋਸ਼ਤ ਵਾਸਤੇ ਅਗਲੇ ਦੀ ਗਾਂਹ ਕਦੇ ਨਾ ਕਹੋ। ਤਾਂ ਮੇਰਾ ਭਰਾ, ਮੈਂ ਵੀਡੀਓ ਪਾਉਣ ਲਿਆ ਵਾਂ, ਜਿਹਨਾਂ ਭਰਾਵਾਂ ਕੋਲ 2003 ਮਾਡਲ ਅੱਛੀ ਕੰਡੀਸ਼ਨ 'ਚ ਕਾਲੇ ਰੰਗ 'ਚ ਹੋਇਆ, ਉਹ ਥੱਲੇ ਕਮੈਂਟਸ ਦਾ ਜਵਾਬ ਦੇ ਦੇਣਗੇ ਕਿ ਸਾਡੇ ਕੋਲ ਹੈ, ਤਾਂ ਤੂੰ ਮੇਰੀ ਜਾਨ ਉਹਨਾਂ ਨਾਲ ਰਾਬਤਾ ਕਰ ਲਵੀਂ। ਮੇਰੇ ਤਾਂ ਹੱਥ ਖਲੋਤੇ ਹਨ, ਮੇਰੇ ਕੋਲ ਤਾਂ ਕੋਈ ਨਹੀਂ ਇਤਨਾ ਡੋਨ ਮਾਡਲ, ਤਾਂ ਮੈਂ ਲੈਂਦਾ ਵੀ ਨਹੀਂ ਆ। ਨਵਾਂ ਚਾਹੀਦਾ ਆ, 0 ਮੀਟਰ ਲੱਭ ਜਾਏਗਾ, ਤੇ ਬਾਕੀ 2023 ਮਾਡਲ 24 ਮਾਡਲ ਅੱਛੀ ਕੰਡੀਸ਼ਨ 'ਚ ਆਇਆ ਤਾਂ ਮੈਂ ਵੀਡੀਓ ਲਾ ਦਿਆਂਗਾ, ਮੇਰਾ ਭਰਾ ਮੇਰਾ ਰਾਬਤਾ ਕਰ ਲਵੀਂ, ਲੱਭ ਜਾਏਗਾ। ਇਸ ਦੀ ਡੋਨ ਮਾਡਲ ਅਸੀਂ ਕੋਈ ਨਾ ਲੈਂਦੇ। ਦੁਆਵਾਂ ਯਾਦ ਰੱਖਣਾ ਤਾਂ ਸਾਨੂੰ ਤੱਕ ਦੇ ਰਹਿਣਾ ਮੈਂ, ਅੱਲਾ ਦੇ ਵੱਲ ਹੈ।